ਸੜਕ ਦੇ ਉੱਤੇ ਬਹੁਤ ਜ਼ਿਆਦਾ ਟ੍ਰੈਫਿਕ ਰਹਿੰਦੀ ਹੈ, ਤਾਂ ਅਸੀਂ ਇਹਦੇ ਲਈ ਸਾਡੇ ਨਾਲ ਟੀਮ ਜਿਹੜੀ ਸਾਡੀ PAC ਆ ਉਹਨੇ NGT ਕੋਲ ਕੇਸ ਪਾਇਆ ਸੀ ਇਹ ਸੜਕ ਨੂੰ ਲੈ ਕੇ ਕਿ ਇਹ ਜਿਹੜਾ ਰੁੱਖ ਕੱਟਣ ਤੋਂ ਪਹਿਲਾਂ ਵੱਢਣ ਤੋਂ ਪਹਿਲਾਂ ਤੁਸੀਂ ਇਹਨਾਂ ਨਾਲ ਜ਼ਮੀਨ ਕਵੈਰ ਕਰਕੇ ਉੱਥੇ ਰੁੱਖ ਲਾਓ ਫਿਰ ਇਹਨੂੰ ਤੁਸੀਂ ਪੱਟ ਸਕਦੇ ਹੋ। ਅਤੇ ਉਹਦੇ ਲਈ NGT ਨੇ ਦੋ ਵਾਰੀ ਨੋਟਿਸ ਕੀਤਾ ਹੋਇਆ ਪੰਜਾਬ ਸਰਕਾਰ ਨੂੰ ਵੀ ਤੁਸੀਂ ਇੱਕ ਤਾਂ ਜਿਹੜੇ ਛੋਟੇ ਰੁੱਖ ਨੇ ਜਿਹੜੇ ਖੁੱਗੇ ਜਾ ਸਕਦੇ ਆ, ਟ੍ਰਾਂਸਪਲਾਂਟ ਹੋ ਸਕਦੇ, ਵੀ ਇੱਕ ਥਾਂ ਦੂਜੀ ਥਾਂ ਲੱਗ ਸਕਦੇ ਆ, ਉਹ ਪੱਟ ਕੇ ਖੋਕੇ ਲਾਓ ਅਤੇ ਦੂਜੇ ਨਾਲ ਜ਼ਮੀਨ ਕਵੈਰ ਕਰੋ ਇਹ ਰੁੱਖ ਲਾਉਣ ਦੀ ਖਾਤਰ। ਇਹ ਸਾਰੀ ਕਿੰਨੀ ਹਰੀ ਭਰੀ ਤੁਸੀਂ ਦੇਖੋਗੇ ਸੜਕ ਹੈ, ਦਰਵਾਜ਼ਾ ਬਣਿਆ ਹੋਇਆ, ਇੰਨੇ ਮਤਲਬ ਸੰਘਣੇ ਰੁੱਖ ਲੱਗੇ ਹੋਏ ਨੇ ਉੱਤੇ, ਬਿਲਕੁਲ ਵੀ ਤੁਹਾਨੂੰ ਪਟਿਆਲੇ ਤੋਂ ਲੈ ਕੇ ਸਰਹੰਦ ਤੱਕ ਐਂ ਧੁੱਪ ਨਹੀਂ ਮਿਲਣੀ, ਇੰਨੇ ਛਾਂ। ਤਾਂ ਜਦੋਂ ਸਾਰੇ ਰੁੱਖ ਕੱਟੇ ਜਾਣਗੇ ਸਾਰੀ ਸੜਕ ਹੀ ਰੁੰਡ ਬਰੁੰਡ ਹੋ ਜਾਣੀ ਹੈ, ਇਹ ਤਾਂ ਐਂ ਲੱਗੂ ਜਿਵੇਂ ਰਾਸਤਾ ਫਿਰਦੇ ਨੇ, ਬੀਕਾਂ ਨੇਰੇ ਫਿਰਦੇ ਨੇ। ਤਾਂ ਉਹਦੇ ਲਈ ਇਹਨਾਂ ਨੇ, ਸਰਕਾਰ ਨੇ NGT ਦੇ ਨੋਟਸ ਦਾ ਕੋਈ ਜਵਾਬ ਦੇਣ ਦੀ ਬਜਾਏ ਕੋਈ ਪਰਵਾਹ ਨਹੀਂ ਕੀਤੀ, ਰੁੱਖ ਪੱਟਣੇ ਸ਼ੁਰੂ ਕਰਤੇ। ਅੱਜ ਦੁਬਾਰਾ ਫਿਰ NGT ਦੇ ਕੋਲ ਇਸੇ ਕੇਸ ਦੀ ਤਰੀਕ ਸੀ, ਅੱਜ ਦੁਬਾਰਾ ਫਿਰ NGT ਨੇ ਕਿਹਾ ਵੀ ਤੁਸੀਂ ਜਿਹੜੇ ਛੋਟੇ ਰੁੱਖ ਨਹੀਂ ਪੱਟ ਸਕਦੇ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਜਾਂ ਪਟਿਆਲਾ ਜ਼ਿਲ੍ਹਾ ਜਿੱਥੇ ਵੀ ਪੈਂਦੇ ਆ ਉੱਥੇ ਉਹਨਾਂ ਨੂੰ ਖੋਕ ਕੇ ਲਾਇਆ ਜਾਵੇ, ਕਿਉਂਕਿ ਸਭ ਤੋਂ ਜ਼ਿਆਦਾ ਪੂਰੇ ਪੰਜਾਬ ਦੇ ਵਿੱਚੋਂ ਇਤਿਹਾਸਕ ਧਰਤੀ ਹੈ ਫਤਿਹਗੜ੍ਹ ਸਾਹਿਬ ਦੀ, ਉੱਥੇ ਸਭ ਤੋਂ ਘੱਟ ਰੁੱਖ 0.32 ਦੇ ਕਰੀਬ ਦੱਸਿਆ ਜਾਂਦਾ ਵੀ ਇੱਥੇ ਰੁੱਖ ਨੇ, ਜਦੋਂ ਕਿ ਮੇਰਾ ਜ਼ਿਲ੍ਹਾ ਬਠਿੰਡਾ ਕਹਿੰਦਾ ਬਠਿੰਡੇ ਦਾ ਟਿੱਬਿਆਂ ਦਾ ਜੀ ਉੱਥੇ ਰੁੱਖ ਨਹੀਂ, ਸਾਡੇ ਵੀ ਇਦੂ ਕਿਤੇ ਜ਼ਿਆਦਾ ਹੋਣੇ ਆ। ਇਸ ਲਈ ਅਸੀਂ ਸਾਰੇ ਇਕੱਠੇ ਹੋਏ ਹਾਂ, ਇਲਾਕੇ ਦੇ ਲੋਕ ਇਕੱਠੇ ਹੋਏ ਨੇ, ਵੱਖ ਵੱਖ ਜਥੇਬੰਦੀਆਂ ਕਿਸਾਨਾਂ ਦੀਆਂ ਇਕੱਠੀਆਂ ਹੋਈਆਂ ਨੇ, ਅਸੀਂ ਅੱਜ ਇਹ ਮੀਟਿੰਗ ਕੀਤੀ ਹੈ, ਫੈਸਲਾ ਕੀਤਾ ਕਿ ਕਿਸੇ ਵੀ ਹਾਲਾਤਾਂ ਦੇ ਵਿੱਚ ਇਹ ਰੁੱਖ ਅਸੀਂ ਨਹੀਂ ਕੱਟਣ ਦੇਵਾਂਗੇ ਜਿੰਨਾ ਚਿਰ ਸਰਕਾਰ ਪਾਸੇ ਜ਼ਮੀਨ ਕਵੈਰ ਕਰਕੇ ਰੁੱਖ ਲਾਉਣ ਦਾ ਪ੍ਰਬੰਧ ਨਹੀਂ ਕਰਦੀ, ਜਿੰਨਾ ਚਿਰ ਸਰਕਾਰ ਜਿਹੜੇ ਛੋਟੇ ਪੌਦੇ ਨੇ ਛੋਟੇ ਬੂਟੇ ਨੇ ਜਿਹਨੂੰ ਖੋਕ ਕੇ ਲਾਇਆ ਜਾ ਸਕਦਾ ਉਹਨਾਂ ਨੂੰ ਇੱਥੋਂ ਖੁੱਕ ਕੇ ਕਿਸੇ ਹੋਰ ਥਾਂ ਨਹੀਂ ਲਾ ਦਿੰਦੀ, ਉਹਦਾ ਪ੍ਰਬੰਧ ਨਹੀਂ ਕਰਦੇ, ਉਹਨਾਂ ਚਿਰ ਹੀ ਅਸੀਂ ਇੱਥੇ ਇਹ ਸਾਰੀ ਅੱਜ ਟੀਮ ਸਾਡੀ ਇਕੱਠੀ ਹੋਈ ਹੈ, ਲੋਕ ਇਕੱਠੇ ਹੋਏ ਇਲਾਕੇ ਦੇ, ਬਹੁਤੇ ਲੋਕਾਂ ਦਾ ਮੈਂ ਤੁਹਾਨੂੰ ਦੱਸ ਦਿੰਦਾ ਵਿਰੋਧ ਕਰਦੇ ਨੇ ਇਸ ਗੱਲ ਦਾ। ਕਈ ਮੈਨੂੰ ਵੀ ਫੋਨ ਗਏ ਫਤਿਹਗੜ੍ਹ ਸਾਹਿਬ ਤੋਂ ਪਟਿਆਲੇ ਤੋਂ ਕਿ ਬਾਈ ਸੜਕ ਕਿਉਂ ਨਹੀਂ ਚੌੜੀ ਹੋਣ ਦਿੰਦੇ, ਤੁਸੀਂ ਸੜਕ ਦੇ ਵਿਰੋਧੀ ਹੋ, ਵਿਕਾਸ ਦੇ ਵਿਰੋਧੀ ਹੋ, ਇੱਥੇ ਐਕਸੀਡੈਂਟ ਹੁੰਦਾ, ਮੌਤਾਂ ਹੁੰਦੀਆਂ, ਬਹੁਤ ਭੀੜ ਭੜੱਕੇ ਵਾਲੀ ਸੜਕ ਆ। ਅਸੀਂ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਇਸ ਗੱਲ ਦੇ ਲਈ ਸਾਡਾ ਵਿਰੋਧ ਨਾ ਕਰੋ ਵੀ ਅਸੀਂ ਸੜਕ ਚੌੜੀ ਨਹੀਂ ਹੋਣ, ਅਸੀਂ ਸੜਕ ਦੇ ਵਿਰੋਧ 'ਚ ਨਹੀਂ ਹਾਂ, ਅਸੀਂ ਕਹਿੰਦੇ ਰੁੱਖ ਬਚਣੇ ਚਾਹੀਦੇ, ਇਹ ਤੁਹਾਡੇ ਲਈ ਵੀ ਅਤੇ ਸਾਡੇ ਲਈ ਸਾਰਿਆਂ ਲਈ ਹੈ। ਸਾਡਾ ਮਕਸਦ ਇੰਨਾ ਹੀ ਆ ਵੀ ਇਹ 26,000 ਰੁੱਖਾਂ ਦਾ ਕਤਲ ਹੋਣ ਜਾ ਰਿਹਾ, ਇਹ ਤਾਂ ਤੁਸੀਂ ਦੇਖੋ ਜਿੰਨੀਆਂ ਵੀ ਸੜਕਾਂ ਜਿੰਨੇ ਵੀ ਹਾਈਵੇ ਬਣੇ ਆ ਲੱਖਾਂ ਰੁੱਖ ਕੱਟਤੇ, ਕੋਈ ਪਰਵਾਹ ਨਹੀਂ। ਹਾਲਾਂਕਿ NGT ਤਾਂ ਇਹ ਵੀ ਕਹਿੰਦੀ ਹੈ ਵੀ ਤੁਸੀਂ ਹਰਾ ਰੁੱਖ ਕਿਸੇ ਵੀ ਤਰੀਕੇ ਨਾਲ ਪੱਟ ਨਹੀਂ ਸਕਦੇ, ਪਰ ਇੱਥੇ ਕੋਈ ਪਰਵਾਹ ਨਹੀਂ ਕਿਸੇ ਕਾਨੂੰਨ ਦੀ, ਸਭ ਧੱਜੀਆਂ ਉਡਾਈਆਂ ਜਾ ਰਹੀਆਂ। ਸੋ ਅੱਜ ਇੱਥੋਂ ਸਰਕਾਰ ਨੂੰ, ਪ੍ਰਸ਼ਾਸਨ ਨੂੰ, DFO ਨਾਲ ਸਾਡੀ ਗੱਲ ਹੋ ਚੁੱਕੀ ਹੈ, DFO ਕਹਿੰਦੀ ਮੇਰੇ ਧਿਆਨ 'ਚ ਹੀ ਨਹੀਂ, ਹਾਲਾਂਕਿ ਸਾਡੀ ਟੀਮ ਦੇ ਮੈਂਬਰ ਨੇ ਕਪਿਲ ਅਰੋੜਾ ਜੀ ਉਹਨਾਂ ਨੇ ਮੇਲ ਕੀਤੀ ਕਿ ਆਹ ਦੇਖੋ ਜੀ NGT ਦਾ ਨੋਟਿਸ ਆਇਆ ਹੋਇਆ ਤੁਸੀਂ ਦੱਸੋ, ਕਹਿੰਦੇ ਮੇਰੇ ਕੋਲ ਤਾਂ ਪਹੁੰਚੇ ਨਹੀਂ, ਮੈਨੂੰ ਤਾਂ ਪਤਾ ਹੀ ਨਹੀਂ। ਸਾਰੇ ਜਣੇ ਉਹੀ ਗੱਲ ਵੀ ਲੋਕਾਂ ਨੂੰ ਬੁੱਧੂ ਬਣਾਉਣ ਵਾਲੀ ਗੱਲ ਹੈ, ਗੁੰਮਰਾਹ ਕਰਨ ਵਾਲੀ ਗੱਲ ਆ, ਪਰ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਇਹ ਰੁੱਖਾਂ ਦਾ ਕਤਲ ਹੋਣ ਰੋਕ ਸਕਦੇ ਹਾਂ, ਅਤੇ ਤੁਸੀਂ ਵੱਧ ਤੋਂ ਵੱਧ ਜਦੋਂ ਵੀ ਅਸੀਂ ਅਗਲਾ ਸੱਦਾ ਦੇਵਾਂਗੇ, ਚਾਹੇ ਸੜਕ 'ਤੇ ਬੈਠਣ ਦਾ ਦੇਖ ਕੇ, ਚਾਹੇ ਜਿੱਦੇ ਵੱਢਣ ਪੱਟਣਾ ਹੈ ਉੱਦੇ ਰੋਕਣ ਦੀ ਗੱਲ ਕਰੀਏ, ਉਹਦੇ ਵੱਡੀ ਦੇਖੋ ਸਰਕਾਰ ਨੇ ਆਪਣਾ ਜ਼ੋਰ ਲਾਉਣਾ, ਸਰਕਾਰ ਨੇ ਆਪਣੇ ਬਲ ਦਾ ਪ੍ਰਯੋਗ ਕਰਨਾ, ਤਾਂ ਲੋਕ ਹੀ ਆ ਜਿਹੜੇ ਰੋਕ ਸਕਦੇ ਆ, ਅਤੇ ਲੋਕਾਂ ਦੀ ਸਾਰਿਆਂ ਲਈ ਹੈ, ਇਹ ਇਕੱਲੇ ਇੱਕ ਬੰਦੇ ਲਈ ਨਹੀਂ ਆ। ਸੋ ਇਸ ਕਰਕੇ ਲੋਕਾਂ ਨੂੰ ਅਪੀਲ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਸੱਦਾ ਦੇਵਾਂਗੇ, ਲਾਮਬੰਦੀ ਵੀ ਕਰਾਂਗੇ,
ਅਤੇ ਪਿੰਡਾਂ 'ਚ ਲੋਕਾਂ ਨੂੰ ਇਕੱਠੇ ਕਰਕੇ ਜਿੱਦੇ ਇਹ ਵੱਢਣ ਲੱਗੇ ਉਹਦੇ ਆ ਕੇ ਮੌਕੇ 'ਤੇ ਰੋਕਾਂਗੇ ਵੀ, ਅਤੇ ਇਸ 'ਤੇ ਬੈਠਣਾ ਪਿਆ ਸੜਕ 'ਤੇ ਸੜਕ 'ਤੇ ਹੀ ਬੈਠਾਂਗੇ। ਇਹਦੀ ਜ਼ਿੰਮੇਵਾਰ ਸਰਕਾਰ ਹੈ, ਪ੍ਰਸ਼ਾਸਨ ਹੈ। ਪੰਜਾਬ ਸਰਕਾਰ ਨੂੰ ਭਗਵੰਤ ਮਾਨ ਨੂੰ ਬੇਨਤੀ ਕਰਦੇ ਹਾਂ ਕਿ ਮਾਨ ਸਾਹਿਬ, ਬਹੁਤ ਵੱਡੀਆਂ ਵੱਡੀਆਂ ਗੱਲਾਂ ਤੁਸੀਂ ਕਰਦੇ ਰਹੇ ਹੋ ਜਦੋਂ ਸੱਤਾ 'ਚ ਨਹੀਂ ਸੀਗੇ, ਜਦੋਂ ਕਦੇ ਵਿਰੋਧੀ ਦਲ ਦੀ ਭੂਮਿਕਾ ਨਿਭਾਉਂਦੇ ਰਹੇ ਹਾਂ, MP ਵੀ ਬਣੇ ਹੋ, ਉਦੋਂ ਵੀ ਤੁਸੀਂ ਰੁੱਖਾਂ ਦੀ, ਪਾਣੀਆਂ ਦੀ ਗੱਲ, ਹਵਾਵਾਂ ਨੂੰ ਬਚਾਉਣ ਦੀ ਗੱਲ ਕਰਦੇ ਰਹੇ ਹੋ, ਬੜੇ ਬੜੇ ਉਪਦੇਸ਼ ਗੁਰਬਾਣੀ ਦੇ ਵਿੱਚੋਂ ਦਿੰਦੇ ਰਹੇ ਹੋ, ਤਾਂ ਅੱਜ ਇਹ ਬਹੁਤ ਵੱਡੀ ਸਮੱਸਿਆ। ਦੂਜੀ ਅਸੀਂ ਗੱਲ ਕਹਿਣਾ ਚਾਹੁੰਦੇ ਹਾਂ ਕਿ 24 ਅਗਸਤ ਨੂੰ ਬੁੱਢੇ ਦਰਿਆ ਦੇ ਲਈ, ਜੋ ਬੁੱਢੇ ਦਰਿਆ ਦੇ ਰਾਹੀਂ ਸਤਲੁਜ ਜ਼ਹਿਰਾਂ ਪਾਈਆਂ ਜਾ ਰਹੀਆਂ ਨੇ, ਪਿਛਲੇ 35-40 ਸਾਲ ਤੋਂ ਸਾਨੂੰ ਜ਼ਹਿਰਾਂ ਦੇ ਕੇ, ਕੈਮੀਕਲ ਦੇ ਕੇ, ਯੂਰੇਨੀਅਮ ਪਾ ਕੇ ਪਾਣੀਆਂ 'ਚ ਮਾਰਿਆ ਜਾ ਰਿਹਾ। ਸਾਡੇ ਜਵਾਕ ਅਪਾਹਜ ਪੈਦਾ ਹੋਣ ਲੱਗ ਗਏ, ਹਰ ਤਰ੍ਹਾਂ ਦੀ ਬਿਮਾਰੀ ਪੰਜਾਬੀਆਂ ਨੂੰ ਚੁੰਬ ਲੱਗੀ, ਧਰਤੀ ਨੂੰ ਕੈਂਸਰ ਹੋ ਗਿਆ, ਮੱਛੀਆਂ ਨੂੰ ਕੈਂਸਰ ਹੋ ਗਿਆ, ਸਾਡੇ ਪੰਛੀਆਂ ਨੂੰ, ਪਸ਼ੂਆਂ ਨੂੰ ਕੈਂਸਰ ਹੋ ਗਿਆ, ਕਾਲੇ ਪੀੜੀਏ ਹੋ ਗਏ, ਪਿੰਡਾਂ ਦੇ ਪਿੰਡ ਸਾਡੇ ਤਬਾਹ ਹੋ ਚੱਲੇ ਆ, ਉੱਜੜ ਚੱਲੇ ਆ। ਉਹਨੂੰ, ਜ਼ਹਿਰਾਂ ਨੂੰ ਰੋਕਣ ਲਈ 24 ਅਗਸਤ ਨੂੰ ਅਸੀਂ ਵੱਡਾ ਮਾਰਚ, ਬੇਰਕਾ ਜਿਹੜਾ ਪਲਾਂਟ ਹੈ ਨਹਿਰ ਦੇ ਉੱਤੇ, ਉੱਥੋਂ ਸ਼ੁਰੂ ਕਰਨ ਜਾ ਰਹੇ ਹਾਂ, ਇੱਕ ਰੋਹ ਮਾਰਚ ਨੂੰ ਕਹਾਂਗੇ। ਅਤੇ 15 ਸਤੰਬਰ ਤੱਕ ਸਾਡਾ ਅਲਟੀਮੇਟਮ ਆ ਕਿ 15 ਸਤੰਬਰ ਨੂੰ ਹਰ ਹਾਲ ਦੇ ਵਿੱਚ ਅਸੀਂ ਬੁੱਢੇ ਦਰਿਆ ਦੇ ਵਿੱਚ ਬੰਨ ਮਾਰਨ ਲੱਗੇ ਹਾਂ। ਲੁਧਿਆਣੇ ਉਹਦੇ ਲਈ ਲੋਕਾਂ ਨੂੰ ਅਪੀਲ ਹੈ ਕਿ 24 ਅਗਸਤ ਨੂੰ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਇਹ ਮਸਲਾ ਸਾਰਿਆਂ ਦਾ, ਨਾ ਸ਼ਹਿਰੀ ਦਾ, ਨਾ ਪੇਂਡੂ ਦਾ, ਨਾ ਅਮੀਰ, ਨਾ ਗਰੀਬ, ਨਾ ਹਿੰਦੂ, ਨਾ ਸਿੱਖ, ਨਾ ਮੁਸਲਿਮ, ਪਾਣੀ ਦੀ ਹਰ ਇੱਕ ਨੂੰ ਲੋੜ ਆ। ਅਤੇ ਇਹ ਪਾਣੀ ਸਾਨੂੰ ਮਾਰ ਰਿਹਾ, ਇਹ ਪਾਣੀ ਸਾਡੇ ਲਈ ਵਰਦਾਨ ਸੀ, ਸਾਡੇ ਲਈ ਜੀਵਨ ਸੀ, ਇਹ ਪਾਣੀ ਸਾਡੇ ਲਈ ਸਰਾਪ ਬਣ ਗਿਆ, ਸਾਡੇ ਲਈ ਮੌਤ ਬਣ ਗਿਆ। ਸੋ ਆਓ ਯਾਰ, ਆਪਾਂ ਆਪਣੇ ਪਾਣੀਆਂ ਨੂੰ, ਆਪਣੇ ਰੁੱਖਾਂ ਨੂੰ, ਆਪਣੀ ਧਰਤੀ, ਆਪਣੀ ਹਵਾਵਾਂ ਨੂੰ ਬਚਾਈਏ। ਤੁਸੀਂ ਭਗਵੰਤ ਮਾਨ ਦੀ ਗੱਲ ਕਰਿਆ, ਭਗਵੰਤ ਮਾਨ ਅੱਜ ਵਣ ਮਹਾਉਤਸਵ ਮਨਾ ਰਹੇ, ਇੱਕ ਪਾਸੇ ਦਰਖਤ ਬਣਾ। ਹਾਂ, ਉਹ ਡਰਾਮੇ ਦੇਖੋ, ਵਣ ਮਹਾਉਤਸਵ ਮਨਾ ਤਾ ਜੀ, ਰੁੱਖ ਵੰਡਤੇ ਜੀ, ਸਰਕਾਰ ਦਾ ਕੋਈ ਮੰਤਰੀ ਆ ਗਿਆ, ਬੂਟਾ ਲਾ ਰਿਹਾ ਜੀ, ਉਹਨੂੰ ਪਾਣੀ ਪਾ ਰਹੇ ਆ ਜੀ, ਉਹ ਫੋਟੋਆਂ ਖਿੱਚੀਆਂ ਜਾ ਰਹੀਆਂ ਜੀ, ਉਹ ਚੱਲਣ ਦੇ ਚੱਲ ਰਿਹਾ, ਮੰਤਰੀ ਸਾਹਿਬ ਨੇ ਅਜੇ ਇੰਨੇ ਰੁੱਖ ਲਵਾ ਤੇ, ਅਤੇ ਯਾਰ 26,000 ਰੁੱਖ ਜਿਹਦੇ, ਜਿਨ੍ਹਾਂ ਦੀ ਉਮਰ ਵਿੱਚ 50-50 ਸਾਲ ਵੀ ਹੋਣੀ ਆ, ਤੁਸੀਂ ਕਦਰ ਕਰ ਰਹੇ ਹੋ। ਬਾਈ ਜੀ, ਕਿੰਨੇ ਕੁ ਐਸਟੀਮੇਟ ਦੇ ਮੁਤਾਬਕ ਹੋਣਗੇ ਦਰਖਤ ਜਿਹੜੇ ਸਰਹੰਦ ਪਟਿਆਲਾ ਰੋਡ 'ਤੇ, ਕਿੰਨੇ ਕੱਟ ਗਏ ਹੋਣਗੇ ਐਸਟੀਮੇਟ? ਨਹੀਂ, ਹਾਲੇ ਸ਼ੁਰੂ ਕੀਤਾ ਇਹਨਾਂ ਨੇ ਕੰਮ, ਇਹਨਾਂ ਨੇ ਪਰਸੋਂ 'ਚ ਉੱਥੇ ਸ਼ੁਰੂ ਕੀਤਾ, ਉੱਥੇ ਅਸੀਂ ਆ ਗਏ ਸੀ ਮੌਕੇ 'ਤੇ, ਇੱਕ ਵਾਰੀ ਠੇਕੇਦਾਰ ਨੂੰ ਰੋਕ ਗਏ ਹਾਂ ਅਸੀਂ, ਹੁਣ ਇਹ ਦੁਬਾਰਾ ਅਸੀਂ ਇਕੱਠ ਕੀਤਾ ਤਾਂ ਦੁਬਾਰਾ, ਕਿਉਂਕਿ ਕਰਨਗੇ ਜਿਸ ਤਰੀਕੇ ਨਾਲ ਇਹਨਾਂ ਨੇ ਪ੍ਰਸ਼ਾਸਨ ਦਾ ਰਵੱਈਆ ਹੈ, ਇੰਨੇ ਜੇ ਤਾਂ ਕਾਨੂੰਨ ਮੁਤਾਬਕ ਹੋ ਰਿਹਾ ਤਾਂ ਕਾਨੂੰਨ ਤਾਂ, ਪਰ ਕਾਨੂੰਨ ਮੁਤਾਬਕ ਅਸੀਂ ਚਿੱਠੀਆਂ ਜਿਹੜੀਆਂ ਭੇਜ ਚੁੱਕੇ ਹਾਂ ਵੀ NGT ਦਾ ਜਵਾਬ ਦਿਓ, ਚਲੋ ਕਾਨੂੰਨ ਵੀ ਛੱਡ ਦਿਓ, ਅਸੀਂ ਕੁਦਰਤ ਨੂੰ ਵੀ ਸਾਂਭਣਾ, ਇਹ ਕੁਦਰਤ ਨੂੰ ਸੰਭਾਲਣ ਦਾ ਫਰਜ਼ ਕਿਹਦਾ, ਸਰਕਾਰਾਂ ਦਾ ਕਿ ਸਾਡਾ? ਅੱਜ ਤਾਂ ਹਰ ਥਾਂ ਸਾਡੀ ਸਾਰੀ ਟੀਮ ਬੈਠੀ ਹੈ, ਕਦੇ ਮੱਤੇਵਾੜੇ ਦੇ ਜੰਗਲ ਦੇ ਬਚਾਉਣ ਲਈ ਚਲੇ ਗਏ, ਕਦੇ ਪਾਣੀਆਂ ਦਾ ਮੁੱਦਾ ਉੱਠ ਖੜਿਆ ਉੱਥੇ ਚਲੇ ਗਏ, ਰੁੱਖਾਂ ਦਾ ਉੱਠ ਖੜਿਆ ਇੱਥੇ ਆ ਗਏ। ਇਹ ਜ਼ਿੰਮੇਵਾਰੀ ਤਾਂ ਪੰਜਾਬ ਦੇ ਮੁੱਖ ਮੰਤਰੀ ਦੀ, ਪੰਜਾਬ ਸਰਕਾਰ ਦੀ ਬਣਦੀ ਹੈ, ਪਰ ਇੱਥੇ ਸਰਕਾਰ ਨੂੰ ਜਗਾ ਰਹੇ ਨੇ ਲੋਕ, ਜਗਾਉਣ ਦੇ ਬਾਵਜੂਦ ਵੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ, ਸਰਕਾਰ ਲਗਾਤਾਰ ਇਹ ਘਾਣ ਕਰ ਰਹੀ ਹੈ ਕੁਦਰਤ ਦਾ। ਸੋ ਇਸ ਕਰਕੇ ਲੋਕਾਂ ਨੂੰ ਅਪੀਲ ਹੈ ਕਿ ਹੁਣ ਤਾਂ ਤੁਹਾਡੇ 'ਤੇ ਆਸ ਹੈ, ਤੁਸੀਂ ਉੱਠ ਕੇ ਸਾਡਾ ਸਾਥ ਦਿਓ ਅਤੇ ਆਪਾਂ ਇਹਨੂੰ ਦਰਖਤਾਂ ਨੂੰ ਬਚਾਉਣ ਦੇ ਲਈ ਅੱਜ ਕੋਈ ਕਮੇਟੀ ਦਾ ਗਠਨ ਵੀ ਕਰਿਆ ਗਿਆ? ਬਿਲਕੁਲ, ਇੱਥੇ ਇੱਕ ਲੋਕਲ ਜਿਹੜੀ ਇਹਨਾਂ ਪਿੰਡਾਂ ਦੇ ਵਿੱਚ ਕਮੇਟੀ ਬਣਾਈ ਗਈ ਹੈ, ਤਾਂ ਉਹਦੇ ਹਿਸਾਬ ਨਾਲ ਹੀ ਅਗਲੀ ਜਿਹੜੀ ਰਣਨੀਤੀ ਉਹ ਲਿਖੀ ਜਾਊਗੀ। ਹਾਂਜੀ, ਅੱਜ ਤਾਂ ਬਹੁਤ ਚਿਰ ਦੇ ਲਾ ਰਹੇ ਹਾਂ, ਇਹ ਤਾਂ 15-16 ਸਾਲ ਤੋਂ ਲੱਗੇ ਪਏ ਹਾਂ, ਹਰ ਸਾਲ ਲਾਉਣੇ ਵੀ ਹਾਂ, ਲਵਾਉਣੇ ਵੀ ਹਾਂ, ਪਾਲਦੇ ਵੀ ਹਾਂ, ਸਾਂਭਦੇ ਵੀ ਹਾਂ, ਲੜਦੇ ਵੀ ਹਾਂ ਲੋਕਾਂ ਨਾਲ, ਪਰਚੇ ਵੀ ਕਰਾਏ ਆ ਮੈਂ ਤਾਂ, ਪਿੱਛੇ ਤੋਂ ਹੀ ਖਬਰ 'ਚ ਸੁਣੀ ਹੋਣੀ ਹੈ, ਮੇਰੇ ਏਰੀਏ ਦੇ ਵਿੱਚ, ਮੇਰੇ ਇਲਾਕੇ ਦੇ ਵਿੱਚ ਟਾਹਲੀਆਂ ਪੱਟਤੀਆਂ ਸੀ ਲੋਕਾਂ ਨੇ, ਸੜਕਾਂ 'ਤੇ ਖੜੀਆਂ, ਖਾਲਾਂ 'ਤੇ ਖੜੀਆਂ, ਮੈਂ ਤਾਂ ਚੋਰੀ ਦਾ ਪਰਚਾ ਕਰਾਇਆ ਬੰਦਿਆਂ 'ਤੇ ਵੀ ਟਾਹਲੀਆਂ ਚੋਰੀ ਪੱਟ ਕੇ ਲੈ ਕੇ ਗਏ ਆ। 10 ਦਿਨ ਮੈਂ ਉਹ ਲੜਾਈ ਲੜਿਆ, ਫਿਰ ਮੈਂ ਅਖੀਰ 'ਤੇ ਜਾ ਕੇ ਕਿਹਾ ਮੈਂ ਟਾਹਲੀਆਂ ਮਜਰੀਆਂ ਛੁੱਟੀਆਂ ਪਈਆਂ, ਪੱਟੀਆਂ ਪਈਆਂ, ਇਹ ਚੱਕ ਕੇ ਹਾਈਵੇ ਜਾਮ ਕਰੂੰਗਾ। ਫਿਰ ਜਾ ਕੇ ਪ੍ਰਸ਼ਾਸਨ ਨੇ 1389 ਦਾ ਪਰਚਾ ਦਿੱਤਾ। ਆਹ ਸਾਡੇ ਸਾਰੀ ਮੇਰੀ ਟੀਮ
ਡਾਕਟਰ ਅਮਨ ਜੀ ਬੈਠੇ ਆ, ਜਸਕੀਰਤ ਜੀ ਬੈਠੇ ਆ, ਲੰਬਾ ਜੀ ਬੈਠੇ, ਸਾਡੀ ਟੀਮ ਬੈਠੀ, ਇਹ ਉਹ ਆ ਜਿਨ੍ਹਾਂ ਨੇ ਮੱਤੇਵਾੜੇ ਦੇ ਜੰਗਲ ਨੂੰ ਬਚਾਉਣ ਲਈ ਬੜੀ ਜੱਦੋਜਹਿਦ ਕੀਤੀ, ਲੱਖਾਂ ਹੀ ਰੁੱਖਾਂ ਨੂੰ ਬਚਾਇਆ। ਸੋ ਅਸੀਂ ਤਾਂ ਬਹੁਤ ਚਿਰ ਤੋਂ ਲੱਗੇ ਹੋ ਬਾਜੀ ਨਾਲੇ ਪਾਣੀਆਂ ਦੀ ਗੱਲ ਕਰਦੇ, ਕਾਫੀ ਸਮੇਂ ਤੋਂ ਲੜਾਈ ਲੜ ਰਹੇ ਹੋ, ਕਿਉਂ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ? ਕੀ ਗੱਲ ਆ ਕਿ ਪਿੱਛੇ ਕਿ ਜਿਹੜੇ ਫੈਕਟਰੀਆਂ ਦਾ ਪਾਣੀ ਆਉਂਦਾ, ਕਿ ਉਹਨਾਂ ਕੋਲ ਕਾਰਨ ਕੀ ਉਹਦੇ ਵਿੱਚ? ਵੱਡੀਆਂ ਜਿਹੜੇ ਵੱਡੇ ਘਰਾਣੇ ਆ ਨਾ, ਵੱਡੇ ਕਾਰਪੋਰੇਟ ਨੇ, ਜਿਨ੍ਹਾਂ ਦੀਆਂ ਤਾਰਾਂ ਦਿੱਲੀ ਨਾਲ ਜੁੜਦੀਆਂ, ਸੈਂਟਰ ਸਰਕਾਰਾਂ ਨਾਲ ਜੁੜਦੀਆਂ, ਜਿਹੜੇ ਲੱਖਾਂ ਕਰੋੜਾਂ ਰੁਪਈਆ ਚੜਾਵਾ ਚੜਾਉਂਦੇ ਆ, ਉੱਧਰ ਉਹ ਖੜੇ ਆ, ਇੱਧਰ ਆਮ ਲੋਕ ਖੜੇ ਆ। ਐਚੀ ਬਾਈ ਜੀ ਬੈਠੇ ਆ, ਇਹ ਹੁਣੀ ਦੱਸ ਰਹੇ ਸੀ ਇਹਨਾਂ ਦੇ ਇੱਥੋਂ ਨਹਿਰ ਆਉਂਦੀ ਆ, ਕੀ ਨਹਿਰ ਬਾਈ ਦੀ ਆ? ਨਾ ਨਾ ਨਾ, ਹਾਂਸਲਾ ਕੀ ਨਹਿਰ ਬਾਈ ਜੀ? ਹਾਂਸਲਾ ਨਦੀ, ਹਾਂਸਲਾ ਨਦੀ ਆਉਂਦੀ ਆ। ਹਾਂ, ਚੋਆ ਆਉਂਦਾ ਜਿਹੜਾ, ਉਹ ਹੁਣ ਚੋਆ ਸਾਡੀ ਇਤਿਹਾਸਕ ਧਰਤੀ ਫਤਿਹਗੜ੍ਹ ਸਾਹਿਬ ਦੀ, ਸਾਡੇ ਉੱਥੋਂ ਦੀ ਬਿਲਕੁਲ ਗੁਰੂ ਘਰ ਦੇ ਨਾਲ ਦੀ ਆਉਂਦਾ। ਉਹ ਚੋਏ ਦੇ ਉੱਤੇ ਕਹਾਂ ਫੈਕਟਰੀ ਲਾਤੀ, ਮੁਰੋ ਬੰਦ ਹੀ ਕਰਤਾ। ਹਾਲਾਂਕਿ ਇਹ ਕੁਦਰਤੀ ਤੌਰ 'ਤੇ ਵੀ, ਕਾਨੂੰਨੀ ਤੌਰ ਦੇ ਵੀ ਚੋਏ ਪੱਕੇ ਨਹੀਂ ਕੀਤੇ ਜਾਂਦੇ, ਉਹਨੂੰ ਪੱਕਾ ਕਰਕੇ ਉਹਨੂੰ ਪੱਕੇ ਤੌਰ 'ਤੇ ਫੈਕਟਰੀ ਲਾਤੀ। ਉਹ ਸਾਰਾ ਜਦੋਂ ਪਾਣੀ ਪਿੱਛੋਂ ਆਉਣਾ ਹੈ, ਉਹ ਸਾਰਾ ਜਿੰਨਾ ਸਾਡੇ ਉੱਥੇ ਗੁਰੂ ਘਰ ਆ, ਉਹ ਸਾਰੇ ਡੁੱਬਣਗੇ, ਉਹ ਢਹਿਣਗੇ, ਉਹਦੀ ਕੋਈ ਪਰਵਾਹ ਨਹੀਂ। ਸੋ ਲੋਕਾਂ ਨੂੰ ਅਪੀਲ ਆ ਕਿ ਲੋਕੋ ਉੱਠੋ ਯਾਰ, ਹੁਣ ਤਾਂ ਬਹੁਤ ਜ਼ਬਰ ਦੀ ਇੰਤਹਾ ਹੋ ਗਈ। ਬਾਈ ਜੀ, ਬੰਨ ਲਾ ਕੇ ਸਰਹੰਦ ਬਚਾਇਆ ਸੀ ਪਹਿਲਾਂ, ਜਿਹੜਾ ਅੱਗੇ ਫੈਕਟਰੀ ਬਣੀ। ਜੈਤ ਹੈ ਨਾ, ਇਹ ਪੰਜਾਬ ਹੈਗਾ ਆ ਸਾਡੇ ਰਹਿਣ ਦੇ ਲਈ। ਜਿਹੜੀ ਵੱਡੀ ਲੜਾਈ ਇਹ ਆ ਵੀ ਸਾਡੇ ਰਹਿਣ ਲਈ ਇਹ ਕਿੱਤਾ ਬਚਿਆ ਰਹੇ, ਔਰ ਬਹੁਤ ਸਾਰੀਆਂ ਜਗ੍ਹਾ 'ਤੇ ਸਾਡਾ ਕਿੱਤਾ ਰਹਿਣ ਲਾਇਕ ਨਹੀਂ ਰਿਹਾ। ਜਿੱਥੇ ਅਸੀਂ ਅੱਜ ਬੈਠੇ ਹਾਂ ਨਾ, ਇਹ ਉੱਧਰ ਨੂੰ ਪਹਿਲਾ ਕਦਮ ਆ ਅਤੇ ਲੁਧਿਆਣਾ ਭੁਗਤਣ ਡਿਆ ਆ। ਪਹਿਲਾਂ ਸੜਕ ਚੌੜੀ ਹੁੰਦੀ ਹੈ, ਫਿਰ ਆਲੇ ਦੁਆਲੇ ਦੇ ਲਈ ਇਹਨਾਂ ਨੂੰ ਜ਼ਮੀਨਾਂ ਇੰਡਸਟਰੀਅਲ ਇਨਕਲੇਵ ਲਈ ਚਾਹੀਦੀਆਂ, ਫਿਰ ਸਾਡਾ ਜਿਹੜਾ ਨਰੋਲ ਧਾਰਮਿਕ ਕਿੱਤਾ ਆ ਜਿੱਥੇ ਰਹਿਣ ਲਈ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ, ਜਿਹਨੂੰ ਅਸੀਂ ਅੱਜ ਤੱਕ ਇਹ ਸਮਝਦੇ ਰਹੇ ਹਾਂ ਵੀ ਇਹ ਬਹੁਤ ਅਲਾਮਤਾਂ ਤੋਂ ਬਚਿਆ ਹੋਇਆ ਆ, ਜਿਹੜੀਆਂ ਅਲਾਮਤਾਂ ਅਸੀਂ ਲੁਧਿਆਣੇ ਵੇਖ ਰਹੀਆਂ ਆ, ਵੇਖ ਲਈਆਂ, ਉਹਦੀ ਇੱਥੇ ਇਹ ਨੀਂਹ ਪੱਥਰ ਆ ਪਟਿਆਲੇ ਵਾਲੇ ਪਾਸੇ ਨੂੰ। ਫਤਿਹਗੜ੍ਹ ਸਾਹਿਬ ਦਾ ਜਿਹੜਾ ਇਲਾਕਾ ਆ, ਉਹਦੇ ਵਿੱਚ ਇੰਨੇ ਕੁ ਇੰਡਸਟਰੀਅਲ ਯੂਨਿਟ ਲਾਤੇ ਆ ਕਿ ਉਹਨਾਂ ਨੇ ਪਾਣੀ ਥੱਲੇ ਪਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਅਸੀਂ ਆਪਣੀ ਜਿਹੜੀ ਜ਼ਮੀਨ ਆ ਜਿੱਥੇ ਸਾਡੇ ਲੋਕ ਰਹਿੰਦੇ ਆ ਜਿਹੜੇ ਪਿੰਡਾਂ ਦੇ ਵਿੱਚ, ਅਸੀਂ ਇਹ ਨਹੀਂ ਦੇਖ ਸਕਦੇ ਵੀ ਅੱਜ ਜਦੋਂ ਪੰਜਾਬ ਦੇ ਵਿੱਚ ਇੱਕ ਸਿਲਕ ਰੂਟ 'ਤੇ ਪੰਜਾਬ ਆ ਗਿਆ, ਜਿੱਥੇ ਕਿ ਕੱਲ੍ਹ ਨੂੰ ਪੰਜਾਬ ਦੇ ਵਿੱਚੋਂ ਇਹਨਾਂ ਨੂੰ ਪੈਸਾ ਦੀਦਾ ਆ, ਇਹ ਚਾਹੁੰਦੇ ਵੀ ਇਹ ਇਲਾਕਾ ਉੱਜੜ ਜਾਵੇ ਅਤੇ ਇੱਥੋਂ ਹੋਰ ਲੋਕ ਜਿਹੜੇ ਲਿਆ ਕੇ ਅਸੀਂ ਵਸਾ ਦਈਏ। ਸਿਰਫ ਡਿਵੈਲਪਮੈਂਟ ਦੇ ਨਾਂ 'ਤੇ ਫਟਾਫਟ ਸੜਕਾਂ ਚੌੜੀਆਂ ਕਰਕੇ ਆ ਵੱਡਾ ਜਿਹੜਾ ਕਾਂਡ ਕੀਤਾ ਜਾ ਰਿਹਾ, ਉਹਦੇ ਲਈ ਅਸੀਂ ਅੱਜ ਇੱਥੇ ਇੱਕ ਕਮੇਟੀ ਬਣਾ ਦਿੱਤੀ ਆ। ਉਹ ਕਮੇਟੀ ਜਿਹੜੀ ਆ ਅੱਗੇ ਉਹਦਾ ਫੈਸਲਾ ਲਊਗੀ, ਔਰ ਅਗਲੇ ਵੱਡੇ ਇਕੱਠ ਦੇ ਵਿੱਚ ਜੇ ਸਰਕਾਰ, ਕਿਉਂਕਿ ਅੱਜ ਜਿਹੜਾ ਪਟੀਸ਼ਨ ਸਾਡਾ ਵਿੱਚ ਹੱਕ ਦੇ ਵਿੱਚ ਫੈਸਲਾ ਆਇਆ ਵੀ ਜਿਹੜੀ ਐਕਸਪਲੋਰ ਕਰੇ ਵੀ ਜਿਹੜੇ ਦਰਖਤ ਆ ਇੱਥੋਂ ਟਰਾਂਸਪਲਾਂਟ ਹੋਣੇ ਚਾਹੀਦੇ ਆ। ਪਹਿਲਾਂ ਵੀ ਇੱਕ ਲੁਧਿਆਣੇ 1-2 ਹਜ਼ਾਰ ਦਰਖਤ ਟਰਾਂਸਪਲਾਂਟ ਹੋ ਚੁੱਕੇ ਆ, ਜਿਹੜੇ ਇਹਦੇ ਨਾਲੋਂ ਵੀ ਵੱਡੇ ਸੀ, ਅਤੇ ਅਸੀਂ ਬਹੁਤ ਆਸਵੰਦ ਹਾਂ ਇਹ ਜਿਹੜਾ ਪ੍ਰੋਜੈਕਟ ਆ ਜਿਹੜਾ ਸਰਕਾਰ ਨੇ ਵਿੱਢਿਆ ਆ ਕੰਮ, ਇਹਨੂੰ ਸੋਧ ਕੇ ਚੰਗੇ ਤਰੀਕੇ ਦੇ ਨਾਲ ਨਵਿਆ ਕੇ ਸੜਕ ਨੂੰ ਜਿਹੜਾ ਚਲਾਉਣਗੇ, ਜਾਂ ਇੱਥੇ ਅਕਵਾਇਰ ਕਰ ਲੈਣ, ਜਾਂ ਫਿਰ ਗ੍ਰੀਨ ਫੀਲਡ ਜਿਹਨੂੰ ਅਸੀਂ ਕਹਿੰਦੇ ਹਾਂ, ਨਵੀਂ ਜ਼ਮੀਨ ਅਕਵਾਇਰ ਕਰਕੇ ਨਵਾਂ ਹਾਈਵੇ ਤੁਸੀਂ ਦਿੱਲੀ ਰੋਡ ਨਾਲ ਜੋੜਨਾ, ਤੁਸੀਂ ਉਹ ਜੋੜ ਲਓ। ਜੇ ਜਾਮਨਗਰ ਤੋਂ ਅੰਮ੍ਰਿਤਸਰ ਜ਼ਮੀਨ ਲੱਭ ਸਕਦੀ ਆ, ਜੇ ਦਿੱਲੀ ਤੋਂ ਕਟੜਾ ਵਾਲੀ ਲੱਭ ਸਕਦੀ ਆ, ਤਾਂ ਸਾਡੇ ਪੰਜਾਬ ਨੂੰ ਜਿਹੜਾ ਹਾਈਵੇ ਚਾਹੀਦਾ ਆ ਉਹਦੇ 'ਤੇ ਕਿਉਂ ਨਹੀਂ ਜ਼ਮੀਨ ਅਕਵਾਇਰ ਕੀਤੀ? ਇਹ ਮੁੱਦਾ ਮੌਤਾਂ ਦਾ ਵੀ ਆ, ਇਹ ਮੁੱਦਾ ਵਾਤਾਵਰਣ ਦਾ ਵੀ ਆ। ਉਹਦੀ ਵੀ ਜਿਹੜੀ ਗਿਣਤੀ ਆ ਸਹੀ ਨਹੀਂ ਕੀਤੀ ਗਈ, ਇਹਦਾ ਅੰਕੜਾ ਦੇਖੋ 26,000 ਦਾ ਹੈਗਾ ਹੀ ਹੈਗਾ, ਪਰ ਉਸ ਤੋਂ ਵੱਧ ਵੀ ਹੋ ਸਕਦਾ, ਇਹਦੇ ਵਿੱਚ ਕੱਲ੍ਹ ਨੂੰ ਕੋਈ ਘਟਾਲਾ ਵੀ ਹੋ ਸਕਦਾ, ਇਹਦੇ ਵਿੱਚ ਕਿਸੇ ਦਾ ਫਾਇਦਾ ਵੀ ਹੋ ਸਕਦਾ। ਮੰਨ ਲਓ ਅਸੀਂ ਉਹ ਘਟਾਲਾ ਪ੍ਰੂਵ ਕਰ ਦਿੰਦੇ ਹਾਂ, ਸਰਕਾਰ 'ਤੇ ਪਿੰਨੀਆਂ ਤੋਂ ਬਾਜ਼ ਨਹੀਂ ਆਉਣ ਡਈ, ਅਤੇ ਐਡਾ 26,000 ਰੁੱਖ ਦਾ ਕੋਈ ਸੌਖਾ ਠੇਕਾ ਮਿਲਦਾ ਹੋਵੇ, ਪੈਸੇ ਬਣਦੇ ਹੋਣ, ਕੌਣ ਕੌਣ ਉਹਦੇ ਵਿੱਚ ਲੱਭੂਗਾ ਉਹਨੂੰ?
ਜੇ ਕੱਲ੍ਹ ਨੂੰ ਅਸੀਂ ਲੱਭ ਵੀ ਲਿਆ ਸਾਡਾ 26,000 ਰੁੱਖ ਅਸੀਂ ਦੁਬਾਰਾ 60 ਸਾਲ ਲੱਗਣਗੇ। ਇਹ ਸਰਕਾਰ ਨੂੰ ਅਸੀਂ 5 ਸਾਲ ਦੇ ਲਈ ਦਿੱਤਾ ਆ, ਇਹਨਾਂ ਦੇ ਕਰਜ਼ੇ 11 ਸਾਲ ਦੇ 15 ਸਾਲ ਦੇ ਆ, ਨੁਕਸਾਨ 60 ਸਾਲ ਦਾ ਆ, ਅਸੀਂ ਉਹਨੂੰ ਕਿਵੇਂ ਰਿਵਰਸ ਕਰਾਂਗੇ? ਇਸ ਲਈ ਅਸੀਂ ਲੋਕਾਂ ਨੂੰ ਅਪੀਲ ਕੀਤੀ ਆ ਵੀ ਜਿਹੜਾ ਸਾਡਾ 60 ਸਾਲ ਵਾਲਾ ਸਰਮਾਇਆ ਆ ਉਹਨੂੰ ਅਸੀਂ ਅੱਜ ਬਚਾ ਲਈਏ। ਇਹ ਕੋਈ ਕੰਧ ਨਹੀਂ ਆ ਵੀ ਸਰਕਾਰ ਨੂੰ ਜੁਰਮਾਨਾ ਲਾ ਕੇ ਕਹਿ ਦਾਂਗੇ ਦੁਬਾਰਾ ਬਣਾ ਦੇ, ਇਹ 60 ਸਾਲ ਦੇ ਰੁੱਖ ਆ। ਪ੍ਰਸ਼ਾਸਨ ਦੇ ਵੱਲੋਂ ਮੈਨੂੰ ਲੱਗਦਾ ਕੋਈ ਇੱਥੇ 500-700 ਦਰਖਤ ਅਸੀਂ ਵੱਢਿਆ ਵੇਖਿਆ ਆ। ਇਹਨਾਂ ਨੇ ਕੀ ਕੀਤਾ ਕਿ ਜਿਹੜੀ ਇਹਨਾਂ ਦੀ ਸਪੀਡ ਸੀ ਨਾ, ਇਹਨਾਂ ਨੇ ਤੇਜ਼ ਕਰਤੀ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ NGT ਦੇ ਵਿੱਚ ਕੇਸ ਚਲਾ ਗਿਆ। ਹੁਣ NGT ਨੇ ਇਹਨਾਂ ਨੂੰ ਨੋਟਿਸ ਕੱਢ ਦਿੱਤਾ, ਉਹ ਨੋਟਿਸ ਦੇ ਵਿੱਚ ਇਹਨਾਂ ਨੇ ਕਿਹਾ ਵੀ ਜਦੋਂ ਜਵਾਬ ਦੇਣਾ ਉਸ ਤੋਂ ਪਹਿਲਾਂ ਅਸੀਂ ਸੜਕ ਜਿਹੜੀ ਆ ਸਾਰੇ ਬੂਟੇ ਜਿਹੜੇ ਚੱਕ ਦਈਏ। ਜਿਹੜੀ ਇੱਕ ਗੈਰ ਜ਼ਿੰਮੇਦਾਰਾਨਾ, ਜਿਹੜੀ ਇੱਕ ਬੇਈਮਾਨੀ, ਜਿਹੜੀ ਉਹ ਸਰਕਾਰ ਦੀ ਦੀਦੀ ਸੀ, ਅੱਜ ਮੁੱਖ ਮੰਤਰੀ ਹੁਸ਼ਿਆਰਪੁਰ ਆ ਨਾ ਜਿੱਥੇ ਪਹਿਲਾਂ ਹੀ ਰੁੱਖ ਹੈਗੇ ਆ। ਇੱਕ ਹੋਰ ਗੱਲ ਤੁਹਾਨੂੰ ਦੱਸਦਾ, ਇਹ ਰੋਪੜ ਅਤੇ ਹੁਸ਼ਿਆਰਪੁਰ ਦਾ ਨਾਂ ਲੈਂਦੇ ਆ, ਰੁੱਖ ਉੱਥੇ ਵੀ ਵੱਡੇ ਜਾਣ ਡਏ ਆ, ਉੱਥੇ ਵੀ ਸਾਡਾ ਟ੍ਰੀ ਕਵਰ ਜਿਹੜਾ ਆ ਘਟਣ ਡਿਆ ਆ। ਹਾਂਜੀ, ਹੁਣ ਇਹ ਕਾਨੂੰਨ ਕਹਿੰਦਾ ਵੀ 10 ਕਿਲੋਮੀਟਰ ਤੋਂ ਦੂਰ ਨਹੀਂ ਤੁਸੀਂ ਜਿਹੜੀ ਪਲਾਂਟੇਸ਼ਨ ਵੀ ਕਰਨੀ ਹੈ ਕੰਪਨਸੇਸ਼ਨ, ਉਹ 10 ਕਿਲੋਮੀਟਰ 'ਚ ਹੋਣੀ ਚਾਹੀਦੀ ਆ। ਸੋ ਇੱਥੇ ਪੰਜਾਬ ਸਰਕਾਰ ਨੇ ਜੋ ਵੀ ਕੀਤਾ ਉਹਦੇ ਵਿੱਚ ਸਾਰੇ ਤਰ੍ਹਾਂ ਦੇ ਜਿਹੜੇ ਕਾਨੂੰਨ ਆ ਉਹਨੂੰ ਛਿੱਕੇ ਟੰਗ ਕੇ ਬਾਹਰੇ ਜਾ ਕੇ ਇਹ ਕਾਂਡ ਜਿਹੜਾ ਇਹਨਾਂ ਨੇ ਇੱਥੇ ਕੀਤਾ। ਅਸੀਂ ਮੰਗ ਕਰਦੇ ਹਾਂ ਤੁਸੀਂ ਸਾਡੇ ਲਈ ਜ਼ਮੀਨ ਅਕਵਾਇਰ ਕਰੋ, ਨਵੀਂ 4-ਲੇਨ ਸੜਕ ਖੇਤਾਂ ਦੇ ਵਿੱਚੋਂ ਹਾਈਵੇ ਦੇ ਬਣਾ ਦਿਓ, ਸਾਡੇ ਨਵੇਂ ਪਿੰਡ ਜੁੜਨਗੇ, ਉੱਥੇ ਸਾਡੇ ਲੋਕਾਂ ਦੀ ਜਾਨ ਵੀ ਨਹੀਂ ਜਾਊਗੀ। ਤੁਸੀਂ ਇੱਥੇ ਲੋਕਾਂ ਦੇ ਵਿਹੜਿਆਂ ਦੇ ਸਕੂਲਾਂ ਦੇ ਮੂਹਰਿਓਂ ਟਰੱਕ ਕੱਢ ਦੇਣੇ ਆ, ਸਾਡੇ ਬੱਚਿਆਂ ਨੂੰ ਖਤਰਾ, ਇੱਥੇ ਬੜਾ ਵੱਡਾ ਖਤਰਾ ਆ। ਇੱਥੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹੀ ਆ, ਅਸੀਂ ਉਹਦੇ ਵੀ ਵਿਰੋਧੀ ਹਾਂ, ਪਰ ਉਹ 2 ਵਾਰ CM ਰਿਹਾ, ਉਹਨੇ ਇੱਥੇ ਦਰੱਖਤਾਂ ਨੂੰ ਹੱਥ ਨਹੀਂ ਲਾਇਆ। ਉਦੋਂ ਉਹਨੂੰ ਕੋਈ ਨਾ ਕੋਈ ਚੀਜ਼ ਦੀਦੀ ਹੋਊਗੀ, ਇੱਥੋਂ ਦੀ ਗ੍ਰੀਨਰੀ ਦੀਦੀ ਹੋਊਗੀ, ਨਹੀਂ ਤਾਂ ਇੱਥੋਂ ਦਾ ਮੁੱਖ ਮੰਤਰੀ ਸੀ। ਇਹ ਤਾਂ ਪਹਿਲੀ ਸੜਕ ਹੁੰਦੀ ਜਿਹੜੀ ਚੌੜੀ ਹੁੰਦੀ, ਭਗਵੰਤ ਮਾਨ ਨੂੰ 92 MLA ਨੇ ਸਾਥ ਉਹਨੂੰ ਦਿੱਤਾ, ਲੋਕਾਂ ਨੇ ਉਹਨੂੰ ਵੋਟ ਪਾਈ ਆ, ਸਾਡੇ ਸੋਮੇ ਬਖਸ਼ ਦੇਵੇ, ਇੱਥੋਂ ਦਾ ਕੋਈ ਨਵਾਂ ਸਰਵੇ ਕਰਾ ਕੇ ਨਵੀਂ 4-ਲੇਨ ਰੋਡ ਕੱਢ ਲੈਣ, ਜਿੱਥੇ 50,000 ਕਰੋੜ ਦੇ ਸੜਕਾਂ ਸਾਡੀਆਂ ਬਣ ਰਹੀਆਂ ਜਿਹੜੀਆਂ ਸਾਨੂੰ ਨਹੀਂ ਚਾਹੀਦੀਆਂ, ਆਹ ਤਾਂ ਸਾਨੂੰ ਚਾਹੀਦੀ ਆ। ਅਤੇ ਕਿੱਡਾ ਔਖਾ ਕੰਮ ਸੀ, ਬਿਨਾਂ ਜ਼ਮੀਨ ਅਕਵਾਇਰ ਕਰਦਿਆਂ ਜੇ ਸੜਕ ਕੋਈ ਚੌੜੀ ਹੁੰਦੀ ਆ ਉਹ ਖਤਰਾ ਆ, ਉਸ ਚੀਜ਼ ਨੂੰ ਦਰੁਸਤ ਕਰਨਾ ਚਾਹੀਦਾ। ਤੁਸੀਂ ਜ਼ਮੀਨ ਚਾਹੇ ਇੱਥੇ ਅਕਵਾਇਰ ਕਰੋ ਜਾਂ ਨਵੀਂ ਗ੍ਰੀਨਫੀਲਡ ਕਰੋ ਜਾਂ ਪ੍ਰੋਜੈਕਟ ਨੂੰ ਰੋਕ ਕੇ ਅੱਗੇ ਪਾ ਦਿਓ, ਕੋਈ ਮਾੜੀ ਗੱਲ ਨਹੀਂ। ਅਸੀਂ ਸਰਕਾਰ ਦਾ, ਪੰਜਾਬ ਸਰਕਾਰ ਦਾ, ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਾਂਗੇ, ਇਹ ਜਿਹੜਾ ਕਾਂਡ ਆ ਉਹ ਨਾ ਕਰਨ, ਇਹਦੇ ਨਾਲ ਮੌਸਮ ਬਦਲ ਜਾਣਾ ਇਸ ਇਲਾਕੇ ਦਾ। ਅੱਜ ਸਾਰੇ ਦਾ ਸਾਰਾ ਰਾਜਸਥਾਨ ਵਧੀਆ ਮੌਨਸੂਨ ਦੇਖ ਕੇ ਹਟਿਆ। ਵੈਬਸਾਈਟ ਆ ਜਿਹੜੀ IMD ਦੀ, ਉਹਦੇ 'ਤੇ ਹਰੇ ਰੰਗ 'ਚ ਰਾਜਸਥਾਨ ਹੈ, ਲਾਲ ਰੰਗ 'ਚ ਪੰਜਾਬ ਹੈ। ਉਹਦਾ ਕਾਰਨ ਕੀ ਆ? ਜੇ ਦਰਖਤ ਨਹੀਂ ਤਾਂ ਮੀਂਹ ਨਹੀਂ ਚੁੰਦਾ, ਬੱਦਲਾਂ 'ਚੋਂ ਪ੍ਰੈਸੀਪਟੇਸ਼ਨ ਨਹੀਂ ਹੁੰਦੀ, ਅਤੇ ਤੁਹਾਨੂੰ ਕੀ ਲੱਗਦਾ ਤੁਸੀਂ 26,000 ਦਰਖਤ ਇੱਥੋਂ ਪਟਾ ਕੇ ਕੱਲ੍ਹ ਨੂੰ ਕਿਹੜੇ ਮੀਂਹ ਦੀ ਆਪਣੀ ਉਮੀਦ ਕਰ ਸਕਦੇ ਹੋ? ਬਹੁਤ ਬਹੁਤ ਧੰਨਵਾਦ।